ਸ਼ਾਰਦੀਆ ਦੇ ਨਰਾਤੇ ਕੁਝ ਹੀ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲੇ ਨੇ। ਜੇਕਰ ਤੁਸੀਂ ਵੀ ਇਸ ਦੌਰਾਨ ਵਰਤ ਰੱਖਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਸਾਬੂਦਾਣਾ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ। ਨਰਾਤਿਆਂ ਦੌਰਾਨ ਕੀ ਖਾਈਏ ਤੇ ਕੀ ਨਾ ਖਾਈਏ, ਇਹ ਸਵਾਲ ਅਕਸਰ ਮਨ ਦੇ ਵਿੱਚ ਘੁੰਮਦਾ ਰਹਿੰਦਾ ਹੈ। ਅਜਿਹੀ ਸਥਿਤੀ ਦੇ ਵਿੱਚ ਸਾਬੂਦਾਣਾ ਸਭ ਤੋਂ ਵਧੀਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਬੂਦਾਣਾ ਦੀ ਖੀਰ ਬਣਾਉਣ ਤੋਂ ਇਲਾਵਾ ਤੁਸੀਂ ਇਸ ਨੂੰ ਬੜੇ ਦੇ ਰੂਪ ਦੇ ਵਿੱਚ ਕਿਵੇਂ ਵਰਤ ਸਕਦੇ ਹੋ। ਤਾਂ ਚਲੋ ਆਓ ਫਿਰ ਰੈਸਪੀ ਸ਼ੁਰੂ ਕਰਦੇ ਹਾਂ। ਸਾਬੂਦਾਣਾ ਦਾ ਵੜਾ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ 1 ਕੱਪ ਸਾਬੂਦਾਣਾ ਨੂੰ ਪਾਣੀ ਦੇ ਵਿੱਚ ਘੱਟੋ ਘੱਟ 5 ਘੰਟੇ ਲਈ ਪੂਰੀ ਰਾਤ ਭਿਉਂ ਕੇ ਰੱਖਣਾ ਹੋਵੇਗਾ। ਪਾਣੀ ਇੰਨਾ ਹੋਵੇ ਕਿ ਸਾਬੂਦਾਣਾ ਉਸ ਦੇ ਵਿੱਚ ਭਿੱਜ ਜਾਵੇ। ਉਸ ਤੋਂ ਬਾਅਦ ਸਾਬੂਦਾਣਾ ਨੂੰ ਚੰਗੀ ਤਰ੍ਹਾਂ ਭਿਉਣਾ ਜ਼ਰੂਰੀ ਹੈ। ਇਹ ਨਾ ਤਾਂ ਬਹੁਤ ਟਾਈਟ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਗਲਿਆ ਹੋਇਆ, ਕਿਉਂਕਿ ਇਸ ਨਾਲ ਹੀ ਪਤਾ ਲੱਗੇਗਾ ਵੜਾ ਕਿਵੇਂ ਦਾ ਰਹੇਗਾ। ਹੁਣ ਇੱਕ ਪੈਨ ਲਓ ਅਤੇ ਇਸ ਦੇ ਵਿੱਚ ਮੂੰਗਫਲੀ ਨੂੰ ਭੁੰਨ ਲਓ। ਹਲਕਾ ਪੂਰਾ ਹੋਣ ਤੋਂ ਬਾਅਦ ਇਸ ਨੂੰ ਮਿਕਸੀ ਦੇ ਵਿੱਚ ਮੋਟਾ ਮੋਟਾ ਪੀਸ ਲਓ। ਇਸ ਤੋਂ ਬਾਅਦ ਇੱਕ ਕਟੋਰੀ ਲਓ ਅਤੇ ਇਸ ਦੇ ਵਿੱਚ 3 ਤੋਂ 4 ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਆਲੂਆਂ ਨੂੰ ਸਾਬੂਦਾਣਾ, ਮੋਟੀ ਮੂੰਗਫਲੀ, ਹਰੀ ਮਿਰਚ, ਹਰਾ ਧਨੀਆ, ਕੱਦੂ ਦਾ ਆਟਾ, ਨਮਕ ਅਤੇ ਨਿੰਬੂ ਪਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਫਰਾਈ ਕਰ ਲਓ। ਤਾਂ ਫਿਰ ਲਓ ਜੀ, ਤੁਹਾਡਾ ਸਾਬੂਦਾਣੇ ਦਾ ਵੜਾ ਬਣ ਕੇ ਤਿਆਰ ਹੈ ਅਤੇ ਤੁਸੀਂ ਇਸ ਨੂੰ ਨਵਰਾਤਰਿਆਂ ਦੇ ਵਰਤਾਂ ਦੇ ਵਿੱਚ ਖਾ ਸਕਦੇ ਹੋ। ਜੇਕਰ ਤੁਹਾਡੇ ਮਨ ਦੇ ਵਿੱਚ ਅਕਸਰ ਇਹ ਸਵਾਲ ਘੁੰਮਦਾ ਹੈ ਕਿ ਵਰਤ ਤਾਂ ਰੱਖ ਲਿਆ, ਹੁਣ ਕੀ ਖਾਈਏ ਦਿਨ ਦੇ ਵਿੱਚ, ਕੀ ਨਾ ਖਾਈਏ, ਤਾਂ ਫਿਰ ਸਾਬੂਦਾਣੇ ਦਾ ਇਹ ਵੜਾ ਬਿਲਕੁਲ ਆਸਾਨ ਹੈ, ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਹੈ ਅਤੇ ਬੜੀ ਜਲਦੀ ਬਣ ਜਾਂਦਾ ਹੈ, ਜਿਸ ਨੂੰ ਤੁਸੀਂ ਨਵਰਾਤਰਿਆਂ ਦੇ ਵਰਤ ਦੇ ਵਿੱਚ ਬਣਾ ਕੇ ਖਾ ਸਕਦੇ ਹੋ। ਨਵਰਾਤਰਿਆਂ ਤੋਂ ਪਹਿਲਾਂ ਇੱਕ ਵਾਰੀ ਇਹ ਰੈਸਪੀ ਬਣਾ ਕੇ ਜ਼ਰੂਰ ਦੇਖ ਲਿਓ, ਖਾ ਕੇ ਦੇਖ ਲਿਓ ਕਿ ਕਿਵੇਂ ਦੀ ਲੱਗੀ। ਫਿਰ ਉਸ ਤੋਂ ਬਾਅਦ ਇਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਬੜੇ ਬਣਾਏ ਸੀ, ਕਿਸ ਤਰ੍ਹਾਂ ਦੇ ਬਣੇ, ਤਾਂ ਕਮੈਂਟ ਕਰਕੇ ਆਪਣੀ ਰਾਏ ਅਤੇ ਟੇਸਟ ਜ਼ਰੂਰ ਦੱਸਣਾ।